ਤੈ ਕੇਵਲ ਨਾਮ ਸੰਗ ਤੇਰੇ ਚਲੇ। ਜੇ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨਮਾਏ ਉਧਾਰੀ। ਪਿਆਰਿਓ, ਢਾਈ ਘੰਟੇ ਬਾਬਾ ਜੀ ਬਚਨ ਕਰਦੇ ਸਨ, ਢਾਈ ਘੰਟੇ ਰੋਜ਼ ਦੇ ਲਾ ਰਿਹਾ। ਤੇਰਾ ਕਰਜ਼ਾ ਹੈ ਤੇਰੇ ਸਿਰ ਤੇ 24 ਘੰਟਿਆਂ ਵਿੱਚੋਂ 2.5 ਘੰਟੇ ਤੂੰ ਆਪਣਾ ਕਰਜ਼ਾ ਲਾ ਰਿਹਾ। ਜੇ 2.5 ਘੰਟਿਆਂ ਤੋਂ ਤੂੰ ਘੱਟ ਸਮਾਂ ਲਾ ਰਿਹਾ, ਡਿਫਾਲਟਰ ਹੋ ਰਿਹਾ। 2.5 ਘੰਟਿਆਂ ਤੋਂ ਵੱਧ ਸਮਾਂ ਗੁਰੂ ਦੇ ਲੇਖੇ ਵਿੱਚ ਲਾ ਰਿਹਾ, ਤੇਰੀ FD ਜਮ੍ਹਾਂ ਹੋ ਰਹੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆ ਬਾਬਾ ਜੀ ਦੀ ਬਰਸੀ ਦੇ ਪਾਠਾਂ ਦੇ ਕਾਰਡ। ਪਿਆਰਿਓ, ਇੱਕ ਇੱਕ ਭੈਣ, ਕਈ ਬੀਬੀਆਂ ਇਹੋ ਜਿਹੀਆਂ ਨੇ, 3-3 ਹਜ਼ਾਰ ਕਾਰਡ ਵੰਡ ਦਿੰਦੀਆਂ ਨੇ ਅੱਗੇ। ਪਿਆਰਿਓ, 10-10, 20-20 ਕਾਰਡ ਲੈ ਲਓ, ਰਿਸ਼ਤੇਦਾਰੀਆਂ ਵਿੱਚ ਪਹੁੰਚਾਓ, ਨਾਮ ਜਪਾਉਣ ਵਾਲੇ ਬਣ ਜਾਓ, ਨਾਮ ਜਪਾਉਣ ਵਾਲੇ। ਸਭ ਨੂੰ ਬੇਨਤੀ, ਸਾਰਿਆਂ ਨੇ ਪਾਠਾਂ ਦੇ ਕਾਰਡ ਲੈ ਲੈਣੇ ਨੇ। ਤੇ ਪਿਆਰਿਓ, ਇੱਥੇ ਹੀ ਦਾਸ ਦੀ ਹਾਜ਼ਰੀ ਸਮਾਂ ਸਮਾਪਤ ਹੈ। ਇਹੋ ਜਿਹੇ ਮਹਾਂਪੁਰਸ਼ਾਂ ਦੀ ਸੰਗਤ, ਧੰਨ ਬਾਬਾ ਆਨੰਦ ਸਿੰਘ ਜੀ ਦੇ ਘਰ ਦੇ ਮਹਾਂਪੁਰਸ਼ ਵਰੋਂ ਸਾਏ ਹੋਏ ਮਹਾਂਪੁਰਸ਼ ਸੰਤ ਬਾਬਾ ਸੁਖਦੇਵ ਸਿੰਘ ਜੀ, ਜਿਨ੍ਹਾਂ ਨੇ ਦਿਨ ਤੇ ਰਾਤ ਸਾਡੇ ਵਾਸਤੇ ਇੱਕ ਕੀਤਾ ਹੈ। ਪਿਆਰਿਓ, ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੇ ਜੱਗ ਵਿੱਚ ਕੋਆ। ਜਿਹੜੇ ਰੱਬ ਦੇ ਪਿਆਰੇ ਦੁਨੀਆਂ ਤੇ, ਜਿਨ੍ਹਾਂ ਨੂੰ ਗੁਰੂ ਸਾਹਿਬ ਕਹਿੰਦੇ ਨੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾ ਇਹ ਸਵਾਉ, ਜਨ ਕੇ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹੋ ਜਿਹੇ ਮਹਾਂਪੁਰਸ਼ਾਂ ਦਾ ਦੁਨੀਆਂ ਤੇ ਆਉਣਾ ਧੰਨ ਹੈ, ਜਿਹੜੇ ਪਿਆਰੇ ਉਹ ਸਾਨੂੰ ਗੁਰੂ ਨਾਲ ਜੋੜਦੇ ਨੇ, ਅੰਮ੍ਰਿਤ ਵੇਲੇ ਨਾਲ ਜੋੜਦੇ ਨੇ, ਨਿਤਨੇਮ ਨਾਲ ਜੋੜਦੇ ਨੇ। ਪਿਆਰੇ ਉਹ ਸਾਡੇ ਪਿੱਛੇ ਮਹਾਂਪੁਰਸ਼ਾਂ ਨੇ ਆਰਾਮ ਹੀ ਬੰਦ ਕੀਤਾ ਹੋਇਆ, ਦਿਨ ਰਾਤ ਇੱਕ ਕੀਤਾ ਹੋਇਆ ਹੈ। ਕਾਹਦੇ ਵਾਸਤੇ? ਇਹ ਸਮਾਂ ਤੁਸੀਂ ਅੱਖਾਂ ਦੇ ਨਾਲ ਤੱਕ ਲੈਣਾ ਵੀ ਇਹ ਨਾਮ, ਨਾਮ ਬੇੜੀ ਸੰਤ ਮਲਾ ਪਾਰ ਕਰਦੇ ਖਾ ਮਖਾ। ਇਹ ਖਾ ਮਖਾ ਪਾਰ ਕਰਨ ਵਾਲਾ ਸੌਦਾ ਹੈ। ਤੇ ਸਾਰੀਆਂ ਭੈਣਾਂ ਮਾਤਾਵਾਂ ਦੇ ਚਰਨਾਂ ਵਿੱਚ ਬੇਨਤੀ, ਬੱਚਿਆਂ ਨੂੰ ਗੁਰਸਿੱਖ ਬਣਾਓ। ਬਾਬਾ ਜੀ ਨੇ 9 ਸਕੂਲ ਖੋਲ ਦਿੱਤੇ ਨੇ, ਜਿੱਥੇ ਕੇਵਲ 5200 ਰੁਪਈਆ ਇੱਕ ਐਡਮਿਸ਼ਨ ਫੀਸ ਰੱਖੀ ਹੈ। CBSE ਸਿਲੇਬਸ ਤੇ ਨਾਲ ਗੁਰਮਤ ਦੀ ਪੜ੍ਹਾਈ, ਨਾਲ ਕੀਰਤਨ ਦੀ ਪੜ੍ਹਾਈ, ਤੇ ਉਹਨਾਂ ਸਕੂਲਾਂ ਵਿੱਚ ਹੋਰ 1 ਰੁਪਈਆ ਵੀ ਫੀਸ ਨਹੀਂ ਰੱਖੀ, ਨਾ ਮੰਥਲੀ ਫੀਸ, ਨਾ ਐਨੁਅਲ ਫੀਸ, ਹੋਰ 1 ਫੀਸ ਰੱਖੀ ਹੈ। ਐਡਮਿਸ਼ਨ ਉਹਨਾਂ ਬੱਚਿਆਂ ਨੂੰ ਦਿੱਤੀ ਜਾਏਗੀ ਜਿਨ੍ਹਾਂ ਬੱਚਿਆਂ ਦੇ ਸਿਰ ਤੇ ਕੇਸ ਹੋਣਗੇ। ਵੇਖੋ ਕਿੱਡਾ ਵੱਡਾ ਉਪਰਾਲਾ ਪਿਆਰਿਓ, ਗੁਰੂ ਨਾਲ ਜੋੜਨ ਦਾ, ਬੱਚੇ ਗੁਰਸਿੱਖ ਬਣਾਉਣ ਦਾ। ਤੇ ਮੈਂ ਤੇ ਕਹਿੰਦਾ ਪਿਆਰਿਓ, ਪਿੰਡ ਪਿੰਡ ਵਿੱਚ ਇਹੋ ਜਿਹਾ ਸਕੂਲ ਖੁੱਲ ਜਾਵੇ। ਸਾਡੀ ਅੱਜ ਕਮੇਟੀਆਂ ਨੂੰ, ਸਾਡੇ ਸਾਰੇ ਮਹਾਂਪੁਰਸ਼ਾਂ ਨੂੰ ਇਹੋ ਜਿਹੇ ਉਪਰਾਲੇ ਵੀ ਬੱਚਿਆਂ ਨੂੰ ਗੁਰਮਤ ਦੀ ਵਿੱਦਿਆ ਦਿੱਤੀ ਜਾਵੇ, ਸਾਡੀ ਸਿੱਖੀ ਵਿੱਚ ਜਿਹੜਾ ਨਿਘਾਰ ਅੱਜ ਆਇਆ ਹੈ। ਅੱਜ ਬੱਚੇ ਪਿਆਰਿਓ ਕਲੀਨ ਸ਼ੇਪ ਹੁੰਦੇ ਜਾ ਰਹੇ ਨੇ, ਨਸ਼ਿਆਂ ਵਿੱਚ ਫਸਦੇ ਜਾ ਰਹੇ ਨੇ, ਕਿਉਂ ਮੋਢੀ ਕੱਚਾ ਬੰਨਿਆ ਜਾ ਰਿਹਾ ਹੈ। ਇਹੋ ਜਿਹੇ ਸਕੂਲ ਨੇ ਦੁਨੀਆਂ ਤੇ ਜਿੱਥੇ ਵਾਹਿਗੁਰੂ ਸ਼ਬਦ ਨਹੀਂ ਕਹਿਣ ਦਿੰਦੇ, ਮੂਲ ਮੰਤਰ ਵੀ ਨਹੀਂ ਕਹਿਣ ਦਿੰਦੇ, ਆਪਣਾ ਹੀ ਆਪਣਾ ਨਾਮ ਜਪਾਉਂਦੇ ਨੇ। ਉਹੋ ਜਿਹੇ ਸਕੂਲਾਂ ਤੋਂ ਬਚਣਾ ਹੈ, ਬੱਚਿਆਂ ਨੂੰ ਗੁਰਸਿੱਖ ਬਣਾਉਣਾ ਹੈ। ਗੁਰਮਤ ਦੇ ਪਾਂਧੀ ਬਣਾਵਾਂਗੇ, ਗੁਰਮਤ ਦੇ ਰਸਤੇ ਤੇ ਤੋਰਾਂਗੇ, ਪਰ ਇਹ ਮਾਂ ਪਿਓ ਦਾ ਫਰਜ਼ ਹੈ। ਇੰਨੀਆਂ ਬੇਨਤੀਆਂ ਪਰ ਪਿਆਰਿਓ, ਪ੍ਰਵਾਨ ਸਮਾਂ ਸਮਾਪਤ, ਹੋਈਆਂ ਭੁੱਲਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਤਿਗੁਰੂ ਦੀ ਹਜ਼ੂਰੀ ਵਿੱਚ ਗੁਰੂ ਪਿਆਰੇ ਹਾਜ਼ਰੀ ਲਵਾ ਰਹੇ ਸਨ। ਆਓ ਸਤਿਕਾਰਯੋਗ ਬਾਬਾ ਸੁਖਜੀਤ ਸਿੰਘ ਜੀ, ਡੇਰਾ ਬਾਬਾ ਰਾਮ ਲਾਲ ਫਿਰੋਜ਼ਪੁਰ ਤੋਂ ਪਹੁੰਚੇ ਨੇ, ਉਹ ਹਾਜ਼ਰੀ ਲਵਾਉਣਗੇ 1/2 ਘੰਟੇ ਵਾਸਤੇ ਸਤਿਗੁਰ ਦੀ ਹਜ਼ੂਰੀ ਵਿੱਚ, ਕੀਰਤਨ ਦੁਆਰਾ, ਸ਼ਬਦਾਂ ਦੁਆਰਾ। ਤੋ ਆਓ ਉਹਨਾਂ ਤੋਂ ਪ੍ਰਵਚਨ ਸੁਣੀਏ, ਕਥਾ ਕੀਰਤਨ ਸੁਣੀਏ। ਸਤਿਗੁਰੂ ਜੀ ਰਹਿਮਤ ਬਖਸ਼ਿਸ਼ ਕਰਨ, ਜਿਨ੍ਹਾਂ ਚਿਰ ਸਾਜ ਖੋਲ੍ਹ ਰਹੇ ਨੇ। ਬੇਨਤੀ ਹੈ, ਬਾਬਾ ਜੀ ਵੀ ਆ ਗਏ ਨੇ ਔਰ ਗੁਰੂ ਪਿਆਰੇ ਬਾਬਾ ਨਾਨਕ ਸਿੰਘ ਜੀ ਉਹ ਕਾਰਡ, ਜੋ ਦਰਗਾਹੀ ਪ੍ਰਸ਼ਾਦ ਦੇ ਕਾਰਡ ਹਨ, ਉਹ ਵਰਤਾ ਰਹੇ ਨੇ।
ਸਰਬੱਤ ਸੰਗਤ ਨੂੰ ਬੇਨਤੀ ਹੈ, ਆਪ ਲਵੋ ਔਰ ਹੋਰਨਾਂ ਸੰਗਤਾਂ ਨੂੰ ਕਰਵਾਉਣ ਵਾਸਤੇ ਵੀ ਪ੍ਰੇਰਿਤ ਕਰੋ। ਇਹ ਵੇਖੋ ਨਿਤਨੇਮ ਲਾਜ਼ਮੀ ਕਰਨਾ ਹੈ, ਔਰ ਜੋ ਕਾਰਡ ਦੀ ਵਿਧੀ ਹੈ, ਮਹਾਂਪੁਰਖਾਂ ਨੇ ਕਿਰਪਾ ਕੀਤੀ ਜਾਂ ਦੋ ਪਾਠ ਸੁਖਮਨੀ ਸਾਹਿਬ ਦੇ ਜਾਂ ਫਿਰ ਮੂਲ ਮੰਤਰ ਦਾ ਜਾਪ, ਵਾਹਿਗੁਰੂ ਮੰਤਰ ਦਾ ਜਾਪ, ਉਹ ਮਾਲਾ ਪ੍ਰਤੀ 6 ਮਾਲਾ, ਮੂਲ ਮੰਤਰ ਦੀਆਂ, ਵਾਹਿਗੁਰੂ ਮੰਤਰ ਦਾ ਜਾਪ, ਇਹ ਜਾਪ ਸਭਨਾਂ ਨੇ ਕਰਨਾ ਹੈ ਔਰ ਨਿਤਨੇਮ ਵੀ ਲਾਜ਼ਮੀ ਕਰਨਾ ਹੈ। ਤੋ ਸਭਨਾਂ ਨੂੰ ਬੇਨਤੀ ਹੈ, ਵੇਖੋ ਮਹਾਂਪੁਰਖਾਂ ਦੀ ਸੰਗਤ ਵਿੱਚ ਨਾਮ ਦੀ ਰੰਗਤ ਲੱਗਦੀ ਹੈ। ਇਹ ਸੰਗਤ ਵਿੱਚ ਆਓ ਗੁਰਮੁਖ ਪਿਆਰੇ ਬਾਬਾ ਸੁਖਜੀਤ ਸਿੰਘ ਜੀ ਕੁਝ ਸਮਾਂ ਸਤਿਗੁਰ ਦੀ ਹਜ਼ੂਰੀ ਵਿੱਚ ਕਥਾ ਦੁਆਰਾ ਹੀ, ਵਿਚਾਰਾਂ ਦੁਆਰਾ ਸੰਗਤ ਦੇ ਅੰਦਰ ਹਾਜ਼ਰੀ ਲਵਾਉਣਗੇ। ਸਤਿਗੁਰ ਦੀ ਹਜ਼ੂਰੀ ਅੰਦਰ ਦਰਕਰ ਵੱਲੋਂ ਜੀਓ ਆਇਆਂ ਨੂੰ ਆਓ ਗੁਰਮੁਖ ਪਿਆਰੇ। ਧੰਨ ਗੁਰੂ ਨਾਨਕ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਟਾਕ ਲਿਆ ਮੋਹੇ ਪਾਪੀ ਪਰਦਾ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਨੀ, ਸੰਤ ਹਮਾਰਾ ਗਹਿਣਾ, ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਬਿਓਹਾਰਾ, ਸੰਤਨ ਸਿਓ ਹਮ ਲਹਾ ਖਾਟਿਆ, ਹਰ ਭਗਤ ਪਰੇ ਭੰਡਾਰਾ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਓ ਸਾਰੇ ਕਿਰਪਾ ਕਰੋ, ਰਸਨਾ ਨੂੰ ਕਰੋ ਪਵਿੱਤਰ, ਆਪਣੀ ਹਾਜ਼ਰੀ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਲੱਗ ਸਕੇ। ਸਾਰੇ ਬੋਲੋ ਵਾਹਿਗੁਰੂ, ਗੱਜ ਕੇ ਬੋਲੋ, ਅਜੇ ਆਵਾਜ਼ ਆਈ ਨਹੀਂ, ਹੋਰ ਗੱਜ ਕੇ, ਆਵਾਜ਼ ਤੇ ਮੈਂ ਵੱਧਰ ਨਹੀਂ ਲੰਘੀ, ਅਜੇ ਗੱਜ ਕੇ ਬੋਲੋ। ਸੇਮ ਨਾਲੇ ਤੱਕ ਪਹੁੰਚ ਗਈ ਜੋ ਆਵਾਜ਼, ਗੱਜ ਕੇ ਬੋਲੋ, ਇੱਥੇ ਬੋਲੋ ਤੇ ਮੁਕਤਸਰ ਪਤਾ ਲੱਗ ਜੇ, ਗੱਜ ਕੇ ਬੋਲੋ ਵਾਹਿਗੁਰੂ। ਹਾਂਜੀ, ਕਰੋ ਕਿਰਪਾ, ਰਸਨਾ ਨੂੰ ਕਰੋ ਪਵਿੱਤਰ, ਆਪਣੀ ਹਾਜ਼ਰੀ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਲੱਗ ਸਕੇ। ਸਾਰੇ ਕਿਰਪਾ ਕਰੋ, ਦੋਵੇਂ ਹੱਥ ਜੋੜ ਕੇ, ਸੀਸ ਝੁਕਾ ਕੇ ਗੁਰਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ, ਜੋ ਅਸਾਂ ਤੋਂ ਸਾਨੂੰ ਸਾਰਿਆਂ ਨੂੰ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਸਤ ਸੰਗਤ ਜੀ, ਇਹ ਜੋ ਦਰਗਾਹੀ ਪ੍ਰਸ਼ਾਦ ਆਪ ਜੀ ਨੂੰ ਵਰਤਾਇਆ ਜਾ ਰਿਹਾ ਹੈ, ਇਹ ਬੜਾ ਵੱਡਾ ਇਹਦਾ ਇੱਕ ਮਨੋਰਥ ਹੈ, ਮਹਾਂਪੁਰਖਾਂ ਦਾ ਇੱਕ ਜ਼ਰੀਆ ਹੈ ਨਾਮ ਜਪਾਉਣ ਦਾ। ਕਿਉਂਕਿ ਬੜੇ ਇਹੋ ਜਿਹੇ ਬੈਠੇ ਹੋਣਗੇ ਜਿਨ੍ਹਾਂ ਨੇ ਕਦੇ ਵੀ ਆਪਣੀ ਰਸਨਾ ਤੋਂ ਵਾਹਿਗੁਰੂ ਨਹੀਂ ਬੋਲਿਆ, ਆਖੋ ਕਦੇ ਨਹੀਂ ਬੋਲਿਆ, ਜਿਨ੍ਹਾਂ ਘਰ ਵਿੱਚ ਗਾਲਾਂ ਹੀ ਕੱਢਦੇ ਨੇ ਉੱਚੀ ਉੱਚੀ, ਬਸ ਇਹੋ ਹੀ ਸੁਭਾਅ ਉਹਨਾਂ ਦਾ। ਅਤੇ ਅੱਜ ਇੱਥੇ ਆਣ ਕੇ ਉਹਨਾਂ ਦਾ ਪ੍ਰਵਿਰਤੀ ਹੋਈ ਆ, ਮਨ ਬਦਲਿਆ ਹੈ। ਤੋ ਮਹਾਂਪੁਰਖਾਂ ਦਾ ਜ਼ਰੀਆ ਹਰ ਰੋਜ਼ ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਸੁਭਾਅ ਬਣਦਾ ਜਾਵੇ, ਹਰ ਰੋਜ਼ ਇਸ ਤਰ੍ਹਾਂ ਦੀ ਉਹਨਾਂ ਦੀ ਬਿਰਤੀ ਬਦਲਦੀ ਜਾਵੇ, ਇਹ ਸਤ ਸੰਗਤ ਦੀਆਂ ਘੜੀਆਂ ਦਾ ਕਿੱਡਾ ਵੱਡਾ ਫਲ ਹੈ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ ਇਸ ਤਰ੍ਹਾਂ ਮਹਾਂਪੁਰਸ਼ ਬੈਠੇ ਨੇ, ਪੁੰਨਿਆਂ ਦਾ ਦਿਨ ਸੀ,
ते रागी सिंघां ने कीर्तन करना ते महापुरखां वल्लों हदायत सी कहिंदे इत्थे साज सुर नहीं करी दे इत्थे जिन्ने भी साज आ धुर दरगाहों सुर हो के ही आउंदे आ समां नहीं गवाईदा उस वेले लग पईदा कीर्तन करन बोलो वाहिगुरु वाहेगुरु जी गज के बोलो वाहेगुरु जी गज के बोलो वाहेगुरु जी इत्थे समां नहीं गवाईदा सुस्ती नहीं पाई दी इत्थे ते जिहड़ियां घड़ी मिल जाए उह लेखे चला लीए साध संगत जे मन लो इत्थे हजार शरीर बैठा ते इकला हजार ना गिणियो साडे फिरोजपुर बाबा सुखदेव सिंह जी महापुरख आए सी साडे उत्थे समागम ते तो मैनू उत्थे संतां ने बचन सुनाया कहिंदे इस वेले साढ़े ग्यारह तो उत्ते टाइम हो गया चार चैनलों ते लाइव चलदा पिया कहिंदे मैं एक बारी महापुरखां नू पुछिया मैं क्या बाबा जी ये हुण ते सारी संगत दे सौण दा टाइम हो गया कहिंदे नहीं नहीं इस वेले 20 लाख तो लैके 25 लाख टीवी इस टाइम चलते पे ने घरां च गज के बोलो वाहेगुरु जी एक टीवी अगे दो बैठे चार बैठे पांच बैठे वो बाद की गल जी इन्ने घरां च संगत बैठी है कल्या ना गिणो भी आपां हजार क बंदा इत्थे बैठे तो इन्नी गिणती है एडा वड्डा संगत का कट्ठ आ अज तो इस करके जिथे महापुरख धंता दे जोग ने मैं कहना है बाबा जी के जिहड़े प्यारे बच्चे ने आ वीर सरनी हुणी वेखदा पिया विनोद जी ये जिन्ना इन्हां दा वड्डा उद्यम उपराला वा एक एक चेहरे नूं गुरमुख रूहां नूं क्लोज करके संगत तक पहुंचा रहे ने आखो वाहेगुरु वाहेगुरु महापुरखां दे ते दर्शन कराए रहे ने गुरु साहब दे दर्शन करा रहे ने गुरु दीयां संगतां नूं भी दूर दूर तक विखा रहे ने इन्हां दा बड़ा वड्डा उपराला ये भी वधाई दे पात्र ने तो आओ मैं जिहड़ी बेनती करनी चाहुंना बाबा नानक सिंह जी महापुरख इस तरह रागी कांड के बैठ गए तो महापुरश कहिंदे कीर्तन शुरू करो वो कहिंदे जी बाबा जी पहला साज सुर कर लिए आखो वाहेगुरु वाहेगुरु गज के बोलो वाहेगुरु मैनू वार वार ना कहना पवे जदों कहां ते बोल पिया करो गज के बोलो वाहेगुरु हाँ जी कहिंदे कीर्तन शुरू करो कहिंदे बाबा जी सुर च कर लिए दो मिनट लंघाए चार लंघाए पांच मिनट इतना सोरी करते रहे महापुरख थोड़ा जा कहिंदे नहीं नहीं इत्थे नहीं सुर करी दे कीर्तन शुरू करो टाइम लंघता जा रहा वो कहिंदे नहीं नहीं बाबा जी सुर च कर लेंदो बाबा जी कहिंदे नहीं नहीं तुसीं शुरू करो बस वो ना ही बोले कहिंदा जी पहला सुर च ते कर लेंदो अही नहीं सुर कीते बिना साज वजाए कदे आखो वाहेगुरु थोड़ा जा उहदे च हंकार जा आ गया रागी च कहिंदा भी इह लगदा महापुरखां नूं पता ही कोई नहीं भी सुर कीते बिना साज थोड़ा वजदे आ आखो वाहेगुरू गज के बोलो वाहेगुरू सुर कीते बिना थोड़ा वजदे आ उठ के बह जाओ जिन्ना च आसरा नहीं उह ते लम्मे पै जाओ जिहड़े चंगे भले उह ना पायो इत्थे आण के जो मंग लईए मिल जांदा वा आ सुण लो निक्की जी गल फिर होर मैं फिरोजपुर एक दिन स्थान पर बैठा तो एक माइटर साढ़े इलाके गुआंढ ही रहिंदा सी और नवा स्पलेंडर मोटरसाइकिल लैके आया तो दरबार अगे खिलारन लगा तो मुड़ के मन च ख्याल आया कहिंदा चक्या ही ना जाए अंदरले गेट अगे लै आया उत्थे खिलारन लगा कहिंदा फेर ना चक्या जाए बिल्कुल दरबार दे बूहे अगे लै आया तो मन च फिर सोची जाए कहिंदा चक्या ही ना जाए आखो वाहेगुरु अजे जाके मत्था ही टेकया ते मोटरसाइकिल सच्ची चक्या गया गज के बोलो सच्ची चक्या गया मेरे को आ गया नाले हसे ते नाले रोवे मैं क्या हसदा क्यों आ कहिंदा अज ते कुछ होर मंग लैंदा ते रब तों उह वी मिल जांदा इह गुरु दी संगत च इन्नी पावर हुंदी भागां वाले इत्थे लक टेढा जा करके ना प्या जो इत्थे इहो जिहे हो जांगे इत्थे सिद्धे हो जो सिद्धे बाबा साडे वाल कढ दे अंदरले मैं क्या हसदा क्यों वा कहिंदा हसदा तां जे अज रब तो होर वह मंगदा तो वह भी मिल जाना मैं क्या फिर रोंदा क्यों वा कहिंदा रोंदा ते तां वा 42,000 रुपया लाया जे ते वोटी भी निभाई उत्ते गज के बोलो वाहेगुरु जी पहला ही चक्या गया एक घर इहो जिहा भागां वाले इत्थे जो मंगीए मिल जांदा है इत्थे कदे ना करिओ शिकवा इत्थे पता नहीं किन्ने शहीद सिंघां दा पैर अज इत्थे गुरु ग्रंथ साहिब जी बैठे आ बाबा नानक सिंह जी महापुरख प्रतख बैठे आ गज के बोलो वाहेगुरु जी साध संग जी आओ जरा ध्यान दे आ जाओ महापुरख कहिंदे कीर्तन शुरू कर कहिंदा पहला सुर कीते बिना मैं कीर्तन नहीं कीता कहिंदे अच्छा ते महापुरख वो आप ही फिर थोड़ा जिहा हंकार जा गया कहिंदा बाबा जी तुसीं दसो फिर की सुनना